ਖੰਨਾ ਦੇ ਵਿੱਚ ਗੁੰਡਾਗਰਦੀ ਦਾ ਸ਼ਰੇਆਮ ਨਾਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਿ ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਤੇ ਕੁਝ ਹਮਲਾਵਰਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ। ਹਮਲਾ ਇੰਨਾ ਕੁ ਘਾਤਕ ਸੀ ਕਿ ਇੱਕ ਜੋ ਮੁਲਾਜ਼ਮ ਹੈ ਉਹ ਫਿਲਹਾਲ ਜ਼ਖਮੀ ਹੈ, ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਮੌਕੇ ਤੋਂ ਹੀ ਦੂਸਰੇ ਮੁਲਾਜ਼ਮ ਨੇ ਆਪਣੀ ਲੁੱਕ ਛਿਪ ਕੇ ਜਾਨ ਬਚਾਈ। ਅਤੇ ਕਿਹਾ ਜਾ ਰਿਹਾ ਹੈ ਕਿ 5 ਹਮਲਾਵਰ ਸੀ ਜੋ 2 ਬਾਈਕਾਂ 'ਤੇ ਆਏ ਸੀ, ਅਤੇ ਪਹਿਲਾਂ ਜਦ ਉਹ ਹਾਈਵੇ ਤੋਂ ਮੁਲਾਜ਼ਮ ਜਾ ਰਹੇ ਸੀ ਤਾਂ ਇੱਕ ਬਾਈਕ 'ਤੇ ਬੈਠੇ 2 ਹਮਲਾਵਰਾਂ ਦੇ ਵੱਲੋਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਬਾਈਕ ਅਗਾਂਹ ਨੂੰ ਕੀਤੀ ਅਤੇ ਕੁਝ ਦੂਰੀ 'ਤੇ ਜਾ ਕੇ ਹੀ 3 ਨੌਜਵਾਨ ਹੋਰ ਸੀ ਜੋ ਇੱਕ ਬਾਈਕ 'ਤੇ ਬੈਠੇ ਹੋਏ ਸੀ ਅਤੇ ਉਹਨਾਂ ਦੇ ਵੱਲੋਂ ਵੀ ਇਹਨਾਂ ਦੋਵਾਂ ਮੁਲਾਜ਼ਮਾਂ ਨੂੰ ਘੇਰਾ ਪਾਇਆ ਗਿਆ, ਜਿਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਹੀ ਇੱਕ ਮੁਲਾਜ਼ਮ ਨੇ ਲੁੱਕ ਛਿਪ ਕੇ ਆਪਣੀ ਜਾਨ ਬਚਾਈ। ਖਬਰ ਖੰਨਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਨਿੱਜੀ ਕੰਪਨੀ ਦੇ ਵਿੱਚ 2 ਮੁਲਾਜ਼ਮ ਕੰਮ ਕਰਦੇ ਨੇ ਅਤੇ ਆਪਣੇ ਘਰ ਨੂੰ ਜਾ ਰਹੇ ਸੀ, ਬੱਸ ਸਟੈਂਡ ਨੂੰ ਜਾ ਰਹੇ ਸੀ ਜਿੱਥੋਂ ਉਹਨਾਂ ਨੇ ਬੱਸ ਫੜਨੀ ਸੀ, ਅਤੇ ਰਾਹ ਦੇ ਵਿੱਚ ਹੀ ਉਹਨਾਂ ਨੂੰ ਕੁਝ ਹਮਲਾਵਰਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਅਤੇ ਫਿਰ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਤੇਜ਼ਧਾਰ ਹਥਿਆਰਾਂ ਦੇ ਨਾਲ, ਤਲਵਾਰਾਂ, ਕਿਰਪਾਨਾਂ ਦੇ ਨਾਲ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਉਹਨਾਂ 'ਤੇ ਹਮਲਾ ਕੀਤਾ ਜਾਂਦਾ, ਜਿਨ੍ਹਾਂ ਦੇ ਵਿੱਚੋਂ ਇੱਕ ਜੋ ਨਿੱਜੀ ਕੰਪਨੀ ਦਾ ਮੁਲਾਜ਼ਮ ਹੈ ਉਹ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਫਿਲਹਾਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ, ਜਿਹਦੇ ਇਲਾਜ ਹੈ, ਅਤੇ ਦੂਸਰੇ ਨੇ ਆਪਣੀ ਜਾਨ ਲੁੱਕ ਛਿਪ ਕੇ ਬਚਾਈ। ਫਿਲਹਾਲ ਜ਼ਖਮੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਜੋ ਮਾਮਲਾ ਉਹ ਦਰਜ ਕਰ ਲਿਆ ਗਿਆ ਅਤੇ ਉਸ ਜਗ੍ਹਾ ਦੀਆਂ, ਹਾਈਵੇ ਦੀਆਂ ਜੋ ਆਸੇ ਪਾਸੇ ਦੀਆਂ ਜੋ CCTV ਤਸਵੀਰਾਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਕਿ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ ਕਿ ਉਹ ਕੌਣ ਸਨ। ਅਤੇ ਫਿਲਹਾਲ ਖਬਰ ਖੰਨਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼ਰੇਆਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਕੁਝ ਹਮਲਾਵਰਾਂ ਦੇ ਵੱਲੋਂ 2 ਨਿੱਜੀ ਕੰਪਨੀ ਦੇ ਮੁਲਾਜ਼ਮਾਂ 'ਤੇ ਹਮਲਾ ਕੀਤਾ ਜਾਂਦਾ, ਜਿਸ ਤੋਂ ਬਾਅਦ ਇੱਕ ਮੁਲਾਜ਼ਮ ਗੰਭੀਰ ਜ਼ਖਮੀ ਹੋ ਜਾਂਦਾ। ਅਸੀਂ ਗਿੱਲ ਪੰਪ ਕੋਲ ਜਾਂਦੇ ਸੀਗੇ, 2 ਮੋਟਰਸਾਈਕਲ ਵਾਲਿਆਂ ਨੇ ਸਾਡੇ ਮੂਹਰੇ ਮੋਟਰਸਾਈਕਲ ਰੋਕਿਆ ਪਹਿਲਾਂ, ਉਸ ਤੋਂ ਬਾਅਦ ਉਹਨੂੰ ਜਦ ਅਸੀਂ ਕ੍ਰੋਸ ਕੀਤਾ ਗਾਹਾਂ, ਇੱਕ ਮੋਟਰਸਾਈਕਲ ਵਾਲਿਆਂ ਨੇ ਹੋਰ ਰੋਕ ਲਿਆ, 3 ਜਣੇ ਸੀਗੇ ਅਤੇ ਉਹਨਾਂ ਨੇ ਇਹ ਮੇਰੇ ਪਿੱਛੇ ਬੈਠੇ ਸੀਗੇ, ਉੱਤਰ ਗਏ। ਵਿਸ਼ਾਲਪੁਰੀ ਇਹ ਹੁਸ਼ਿਆਰਪੁਰ ਆਟੋਮੈਲ 'ਚ HOD ਨੇ, ਇਹ ਅਸੀਂ ਏਜੰਸੀ 'ਚੋਂ ਛੁੱਟੀ ਕਰਕੇ ਆ ਰਹੇ ਸੀਗੇ ਜੀ। ਉਹਨਾਂ ਨੇ ਜਾਣਾ ਸੀਗਾ ਜੀ ਪਟਿਆਲੇ। ਹਾਂ ਜੀ, ਬੱਸ ਸਟੈਂਡ ਤੋਂ ਬੱਸ ਚੜ੍ਹਾਉਣਾ ਸੀ ਉਹਨਾਂ ਨੂੰ ਜੀ। ਹਾਂਜੀ ਹਾਂਜੀ, ਰੋਜ਼ ਮੇਰੇ ਨਾਲੇ ਜਾਂਦੇ ਨੇ ਅਤੇ ਆਹ ਗਿੱਲ ਪੰਪ ਦੇ ਕੋਲ ਜੀ। 2 ਮੋਟਰਸਾਈਕਲ ਵਾਲੇ ਪਿੱਛੇ ਆ ਰਹੀ ਸੀ ਸਾਡੇ, ਇੱਥੇ ਲਵੀ ਮੂਹਰੇ ਲੱਗੇ ਨੇ ਸਾਡੇ, ਅਤੇ 2 ਮੋਟਰਸਾਈਕਲਾਂ 'ਤੇ 5 ਜਣੇ ਸੀਗੇ ਅਤੇ ਪਹਿਲੇ ਮੋਟਰਸਾਈਕਲ ਵਾਲੇ ਨੇ ਸਾਡੇ ਮੂਹਰੇ ਹੌਲੀ ਕਿਤੇ ਨੇ ਮੋਟਰਸਾਈਕਲ ਕਰਿਆ, ਅਸੀਂ ਉਹਨੂੰ ਕ੍ਰੋਸ ਕੀਤਾ ਗਾਹਾਂ, ਦੂਸਰੇ ਵਾਲੇ ਨੇ ਇੱਕੋ ਦਮ ਮੋਟਰਸਾਈਕਲ ਰੋਕ ਕੇ ਇਹ ਜਦੋਂ ਥੱਲੇ ਉੱਤਰੇ ਤੇ ਇਹਦੇ ਪਿੱਛੇ ਲੈ ਗਏ, ਕੋਈ ਸਮਾਨ ਕੱਢ ਕੇ, ਕੋਈ ਮਾਰਨ ਵਾਲੀ ਚੀਜ਼ ਇਹਦੇ ਪਿੱਛੇ ਪੈ ਕੇ ਕੱਢ ਕੇ, ਕਿਰਪਾਨ ਵਰਗੀ ਚੀਜ਼ ਸੀਗੀ ਜੀ ਕੋਈ। ਹਾਂਜੀ, ਮੈਂ ਮੋਟਰਸਾਈਕਲ ਥੋੜ੍ਹਾ ਗਾਹਾਂ ਲੈ ਕੇ ਖੜਾ ਰਿਹਾ ਸੀਗਾ, ਮੈਨੂੰ ਹਜੇ ਉਹ ਨਹੀਂ ਸੀਗਾ, ਰੋਕਿਆ ਨਹੀਂ ਤਾਂ ਮੋਟਰਸਾਈਕਲ, ਇਹ ਪਹਿਲਾਂ ਉੱਤਰ ਗਈ ਤੇ ਦੇਖ ਕੇ ਵੀ ਬੰਦੇ ਰੁਕ ਰਹੇ ਨੇ, ਅਤੇ ਮੈਂ ਥੋੜ੍ਹਾ ਗਾਹਾਂ ਜਾ ਕੇ ਰੋਕਿਆ ਮੋਟਰਸਾਈਕਲ, ਤਾਂ ਮੈਂ ਨਾ ਕੋਲ ਜਾਣ ਲੱਗਿਆ, ਮੇਰੇ ਪਿੱਛੇ ਵੀ ਕੋਈ ਚੀਜ਼ ਲੈ ਕੇ ਪੈ ਗਈ ਸੀ। ਨਾ ਉੱਥੇ ਕੋਈ ਨਹੀਂ, ਰੋਡ ਖਾਲੀ ਸੀਗਾ ਜੀ। ਬੰਦੇ ਤਾਂ 20-22 ਸਾਲ ਦੇ ਹੋਣੇ ਜੀ, ਇਹੋ ਜਿਹੇ ਸੀਗੇ ਜੀ। ਹਾਂਜੀ ਹਾਂ ਜੀ, ਕਟਿੰਗ ਸੀਗੀ, ਇੱਕ ਦੇ ਪਰਨਾ ਬੰਨਿਆ ਹੋਇਆ ਸੀਗਾ ਜੀ, ਨਹੀਂ ਜੀ ਇਹਨਾਂ ਦੀ ਕਿਸੇ ਨਾਲ ਨਹੀਂ ਹੈਗੀ, ਨਹੀਂ ਜੀ ਕੁਛ ਨਹੀਂ ਦੇਖਿਆ ਹੈਗਾ ਜੀ। ਹੋਸਪਿਟਲ ਉੱਥੇ ਇੱਕ ਆਟੋ 'ਚ ਬਿਠਾ ਕੇ ਲੈ ਕੇ ਆਏ ਜੀ। ਹਾਂ ਜੀ, ਕੰਪਨੀ 'ਚ ਫੋਨ ਕੀਤਾ ਜੀ, ਲੇਟ ਹੋ ਗਏ ਮੁੰਡੇ, ਜਾਨੂੰ ਆਟੋ 'ਚ ਬਿਠਾ ਕੇ ਲੈ ਕੇ ਆਏ ਜੀ ਹੋਸਪਿਟਲ। ਬਾਕੀ ਦੇਖੋ ਜੀ ਕੀ ਕਹਿੰਦੇ ਨੇ, ਹੁਣ ਪਤਾ ਲੱਗੂਗਾ ਜੀ। ਜਿਵੇਂ ਕਿ ਤੁਹਾਨੂੰ ਪਤਾ ਹੁਣੇ ਇਨਫੋਰਮੇਸ਼ਨ ਮਿਲੀ ਹੈ, ਇੱਕ ਵਿਸ਼ਾਲ ਨਾਮ ਦਾ ਬੰਦਾ, HOD ਹੈ, ਮਰੂਤੀ ਸਜ਼ੂਕੀ 'ਚ ਕੰਮ ਕਰਦੇ ਆ,
ਇਹ ਮੋਟਰਸਾਈਕਲ 'ਤੇ ਆ ਰਹੇ ਸੀਗੇ, ਨਾਲ ਇਹਨਾਂ ਦੇ ਇੱਕ ਬੰਦਾ ਹੋਰ ਸੀ ਜਿਹੜਾ ਚਲਾ ਰਿਹਾ ਸੀ। ਇਹਨਾਂ ਨੂੰ 5 ਨੌਜਵਾਨਾਂ ਨੇ ਰੋਕਿਆ, ਮੋਟਰਸਾਈਕਲ ਅੱਗੇ ਲਾ ਕੇ ਰੋਕਿਆ ਅਤੇ ਬਿਨਾਂ ਕਿਸੇ ਪ੍ਰੋਵੋਕੇਸ਼ਨ 'ਤੇ ਇਹਨਾਂ 'ਤੇ ਹਮਲਾ ਕਰਤਾ। ਇਹਨਾਂ ਦੇ ਇੱਕ ਸੱਟ ਹੈ ਅਤੇ ਬਸ ਅਸੀਂ ਇਹਨਾਂ ਦਾ ਬਿਆਨ ਲਿਖ ਕੇ ਅਤੇ ਪਰਚਾ ਦੇ ਕੇ ਕਾਰਵਾਈ ਸ਼ੁਰੂ ਕਰ ਰਹੇ ਹਾਂ। ਨਹੀਂ, ਹਜੇ ਤੱਕ ਤਾਂ ਤੁਹਾਨੂੰ ਵੀ ਪਤਾ ਵੀ ਇੰਜਰਡ ਵੀ ਥੋੜ੍ਹਾ ਜਿਹਾ ਸ਼ੌਕ 'ਚ ਹੈ। ਕੌਣ ਜੀ? ਮੋਹਾਲੀ 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 ਸਰ, ਕੋਈ ਸੀਸੀਟੀਵੀ ਵਗੈਰਾ ਕੋਈ ਹੈਗੀ? ਹਜੇ ਤਾਂ ਇੱਥੇ ਆਏ ਹਾਂ, ਪਰ ਪਹਿਲਾਂ FIR ਦਰਜ ਕਰਦੇ ਹਾਂ, ਸਾਰਾ ਕੁਛ ਹੋਊਗਾ।